ਪੰਜਾਬੀ ਜਿੱਥੇ ਵੀ ਜਾਂਦੇ ਨੇ ਉੱਥੇ ਆਪਣੀ ਕਾਮਯਾਬੀ ਦੇ ਝੰਡੇ ਗੱਡ ਦਿੰਦੇ ਨੇ। ਕੁਝ ਅਜਿਹਾ ਹੀ ਕਰ ਦਿਖਾਇਆ ਪੰਜਾਬ ਦੀ ਹੋਣਹਾਰ ਧੀ ਸਾਰੂ ਰਾਣਾ ਨੇ। ਸਾਰੂ ਰਾਣਾ ਨੂੰ ਸਮਾਜ ਸੇਵਾ ਦੇ ਖੇਤਰ 'ਚ ਪਾਏ ਵੱਡਮੁੱਲੇ ਯੋਗਦਾਨ ਦੇ ਲਈ ਪ੍ਰਾਈਡ ਆਫ ਆਸਟ੍ਰੇਲੀਆ ਅਵਾਰਡ ਦੇ ਨਾਲ ਨਵਾਜਿਆ ਗਿਆ ਹੈ। ਆਸਟ੍ਰੇਲੀਆ ਦੇ ਸ਼ਹਿਰ ਐਡੀਲਡ 'ਚ ਰਹਿਣ ਵਾਲੀ ਅਤੇ ਮਨੁੱਖੀ ਅਧਿਕਾਰਾਂ ਦੀ ਕਾਰਕੁਨ ਵਜੋਂ ਜਾਣੀ ਜਾਂਦੀ ਪੰਜਾਬਣ ਸਾਰੂ ਰਾਣਾ ਨੂੰ ਇਹ ਸਨਮਾਨ ਨਿਊਜ਼ ਕਾਰਪੋਰੇਸ਼ਨ ਆਸਟ੍ਰੇਲੀਆ ਵੱਲੋਂ ਦਿੱਤਾ ਗਿਆ ਹੈ। ਸਾਰੂ ਰਾਣਾ ਨੂੰ ਇਸ ਸਨਮਾਨ ਲਈ ਸ਼ਮਸ਼ੀਰ ਨਾਮਕ ਸਮਾਜ ਸੇਵੀ ਸੰਸਥਾ ਦੇ ਰਾਹੀਂ ਮਨੁੱਖੀ ਅਧਿਕਾਰਾਂ, ਘਰੇਲੂ ਹਿੰਸਾ, ਬੱਚਿਆਂ ਨੂੰ ਜਾਗਰੂਕ ਕਰਨ, ਸਰੀਰਕ ਸ਼ੋਸ਼ਣ ਵਰਗੇ ਅਨੇਕਾਂ ਸੰਵੇਦਨਸ਼ੀਲ ਮੁੱਦਿਆਂ 'ਤੇ ਪਾਏ ਵੱਡਮੁੱਲੇ ਯੋਗਦਾਨ ਕਰਕੇ ਨਾਮਜ਼ਦ ਕੀਤਾ ਗਿਆ ਸੀ। ਇਸ ਮੌਕੇ 'ਤੇ ਸਾਰੂ ਰਾਣਾ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਮੈਨੂੰ ਮਾਣ ਹੈ ਕਿ ਮੈਂ ਇੰਡੀਅਨ ਹਾਂ ਔਰ ਮੈਨੂੰ ਮਾਣ ਹੈ ਕਿ ਮੈਂ ਇੰਡੀਅਨ ਆਸਟ੍ਰੇਲੀਅਨ ਹਾਂ ਔਰ ਅੱਜ ਮੇਰੀ ਖੁਸ਼ੀ ਦਾ ਕਾਰਨ ਹੈ ਕਿ 10 ਸਾਲ ਪਹਿਲਾਂ ਸ਼ਮਸ਼ੀਰ ਨਾਂ ਦੀ ਇੱਕ ਮੁਹਿੰਮ ਚਲਾਈ ਸੀਗੀ, ਸ਼ਮਸ਼ੀਰ ਅ ਹਿਊਮਨ ਰਾਈਟਸ ਕੈਂਪੇਨ, ਜਿਹਦੇ ਤਹਿਤ ਮਿਨੀ ਮੀ ਪ੍ਰੋਜੈਕਟ ਲਾਂਚ ਕੀਤਾ ਗਿਆ ਸੀਗਾ। ਮਿਨੀ ਮੀ ਪ੍ਰੋਜੈਕਟ ਸਾਡੇ ਬੱਚਿਆਂ ਨੂੰ ਬੁਲਿੰਗ, ਸੈਕਸ਼ੁਅਲ ਅਸੋਲਟ ਔਰ ਅਵੇਅਰਨੈਸ ਕੈਂਪੇਨ ਦੇ ਵਜੋਂ ਲਾਂਚ ਕੀਤਾ ਸੀਗਾ। ਇੰਨੇ ਸਾਲਾਂ ਦੀ ਮਿਹਨਤ ਤੋਂ ਬਾਅਦ ਇਹ ਪ੍ਰੋਜੈਕਟ ਜਿਹੜਾ ਹੈਗਾ ਨਾ ਹੀ ਸਿਰਫ ਆਸਟ੍ਰੇਲੀਆ ਬਲਕਿ ਇੰਡੀਆ ਔਰ ਨਿਊਜ਼ੀਲੈਂਡ ਦੇ ਵਿੱਚ ਵੀ ਲਾਂਚ ਹੋਇਆ ਔਰ ਇੰਡੀਆ ਦੇ ਵਿੱਚ ਤਾਂ ਇਹ ਕੁਝ ਸਕੂਲਾਂ ਦੇ ਵਿੱਚ ਕੁਰੀਕੁਲਮ ਦਾ ਹਿੱਸਾ ਵੀ ਬਣਿਆ। ਅੱਜ ਖੁਸ਼ੀ ਇਸ ਕਰਕੇ ਮੇਰੀ ਵਧੀ ਹੈ ਜਾਂ ਮੇਰੀ ਖੁਸ਼ੀ 'ਚ ਵਾਧਾ ਇਸ ਕਰਕੇ ਹੋਇਆ ਕਿ ਸ਼ਮਸ਼ੀਰ ਦੇ ਇਸ ਪ੍ਰੋਜੈਕਟ ਨੂੰ ਔਰ ਨਾਲ ਦੀ ਨਾਲ ਮੈਨੂੰ ਪ੍ਰਾਈਡ ਆਫ ਆਸਟ੍ਰੇਲੀਆ ਅਵਾਰਡ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਮੈਂ ਉਸ ਧਰਤੀ 'ਤੇ ਹਾਂ ਜਿੱਥੇ ਫੇਅਰ ਗੋ, ਇਨਕਲੂਸਿਵਨੈਸ ਔਰ ਡਾਇਵਰਸਿਟੀ ਨੂੰ ਬਹੁਤ ਮਾਣ ਸਨਮਾਨ ਦਿੱਤਾ ਜਾਂਦਾ ਹੈ। ਇੱਥੇ ਹੀ ਆਸਟ੍ਰੇਲੀਆ ਦੀ ਧਰਤੀ 'ਤੇ ਬਹੁਤ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਗਵਰਨਮੈਂਟ ਵੱਲੋਂ, ਵੱਖਰੀਆਂ ਵੱਖਰੀਆਂ ਔਰਗਨਾਈਜੇਸ਼ਨਸ ਵੱਲੋਂ ਕਿ ਸਾਡੇ ਬੱਚੇ ਅਤੇ ਜਿਹੜੀ ਫੈਮਿਲੀਜ਼ ਆ ਉਹ ਸੇਫ ਰਹਿਣ। ਅਤੇ ਮੇਰੀ ਵੀ ਆਪਣੇ ਇੱਕ ਲੈਵਲ 'ਤੇ ਕੋਸ਼ਿਸ਼ ਰਹੀ ਹੈ ਕਿ ਜੀ ਸਾਡੇ ਬੱਚਿਆਂ ਨੂੰ ਅਵੇਅਰਨੈਸ ਜਿਹੜੀ ਹੈਗੀ ਆ ਬੁਲਿੰਗ, ਅਬਿਊਜ਼ ਅਤੇ ਸੈਕਸ਼ੁਅਲ ਅਸੋਲਟ 'ਤੇ ਮਿਲੇ। ਅਤੇ ਇਹ ਜਿਹੜਾ ਅਵਾਰਡ ਹੈ ਇੱਕ ਰੈਕਗਨੇਸ਼ਨ ਤਾਂ ਹੈ ਬਟ ਇੱਕ ਨਾਲ ਦੀ ਨਾਲ ਇੱਕ ਹੋਰ ਰਿਸਪੋਂਸੀਬਿਲਿਟੀ ਮੇਰੇ 'ਤੇ ਲੈ ਕੇ ਆਇਆ। ਅਤੇ ਮੈਂ ਸਾਰਿਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਸਾਡੇ ਜਿਹੜੇ ਬੱਚੇ ਨੇ ਉਹਨਾਂ ਦਾ ਸੇਫ ਹੋਣਾ ਬਹੁਤ ਜ਼ਰੂਰੀ ਹੈ। ਅਤੇ ਤੁਸੀਂ ਵੀ ਆਪਣੇ ਵੱਲੋਂ ਜਿੰਨੀ ਵੀ ਕੋਸ਼ਿਸ਼ ਹੋ ਸਕਦੀ ਹੈ ਸਾਡੇ ਬੱਚਿਆਂ ਨੂੰ ਸੇਫ ਰੱਖਣ ਲਈ ਕਰੋ। ਸਾਰੂ ਰਾਣਾ ਇੱਕ ਵਿਦਿਆਰਥਣ ਵਜੋਂ ਆਸਟ੍ਰੇਲੀਆ ਆਈ ਸੀ ਅਤੇ ਤਕਰੀਬਨ 10 ਸਾਲ ਪਹਿਲਾਂ ਉਸਨੇ ਸ਼ਮਸ਼ੀਰ ਨਾਮਕ ਸੰਸਥਾ ਦੀ ਸ਼ੁਰੂਆਤ ਕੀਤੀ ਸੀ। ਸਾਰੂ ਰਾਣਾ ਦੱਖਣੀ ਆਸਟ੍ਰੇਲੀਆ ਵਿੱਚੋਂ ਇਹ ਸਨਮਾਨ ਪ੍ਰਾਪਤ ਕਰਨ ਵਾਲੀ ਪਹਿਲੀ ਪੰਜਾਬਣ ਬਣ ਗਈ ਹੈ। ਆਸਟ੍ਰੇਲੀਆ ਤੋਂ ਖੁਸ਼ਪ੍ਰੀਤ ਸਿੰਘ ਸੁਨਾਮ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।